ਅੱਜ ਸਾਵਣ ਮਾਸ ਦਾ ਜੀ ਪਹਿਲਾ ਸੋਮਵਾਰ ਆ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਸ਼ਿਵਾਲਾ ਵੀਰਬਾਨ 'ਚ ਖੜ੍ਹੇ ਹਾਂ ਜੀ। ਇੱਥੇ ਅੱਜ ਮਨਮੋਹਕ ਭਗਵਾਨ ਸ਼ੰਕਰ ਜੀ ਦਾ ਪੁਸ਼ਪ ਦਾ ਸ਼ਿੰਗਾਰ ਕੀਤਾ ਗਿਆ। ਸ਼ਿੰਗਾਰ ਤਾਂ ਹਰ ਸਾਵਣ 'ਚ ਕੀਤੇ ਜਾਂਦੇ, ਲੇਕਿਨ ਅੱਜ ਜਿਹੜਾ ਸ਼ਿੰਗਾਰ ਹੋਇਆ ਬਹੁਤ ਹੀ ਅਲੌਕਿਕ ਸ਼ਿੰਗਾਰ ਹੋਇਆ। ਤੁਸੀਂ ਦੇਖੋਗੇ ਅੱਜ ਮਹਾਰਾਜ ਗਣਪਤੀ ਜੀ ਦੇ ਦਰਸ਼ਨ ਦਿਖਾਏ ਗਏ ਨੇ ਜੀ ਮੇਨ ਪਿੰਡੀ ਦੇ ਉੱਪਰ। ਅੱਜ ਜਿਹੜਾ ਹੈਗਾ ਜੀ 150 ਕਿਲੋ ਫੁੱਲ ਲੱਗਿਆ ਜੀ ਸਾਰਾ ਟੋਟਲ ਦੇ ਉੱਤੇ, ਜਿਨ੍ਹਾਂ ਦਾ ਸ਼ਿੰਗਾਰ ਕੀਤਾ ਗਿਆ ਜੀ। ਬਿਲਕੁਲ ਜੀ ਬਿਲਕੁਲ, ਅਸੀਂ ਸਾਰਾ ਸਾਲ ਵੇਟ ਕਰਦੇ ਰਹਿੰਦੇ ਜੀ, ਉਡੀਕਦੇ ਰਹਿੰਦੇ ਹਾਂ ਕਦੋਂ ਮਹਾਦੇਵ ਭੋਲੇਨਾਥ ਦਾ ਪ੍ਰਿਯ ਮੰਥ ਸਾਵਣ ਦਾ ਮਹੀਨਾ ਔਰ ਸ਼ਿਵਰਾਤਰੀ ਆਉਣਗੀ ਔਰ ਸਾਨੂੰ ਸ਼ਿੰਗਾਰ ਕਰਨ ਦਾ, ਬਾਬਾ ਜੀ ਨੂੰ ਸਜਾਉਣ ਦਾ ਜਿਹੜਾ ਹੈਗਾ ਉਹ ਮੌਕਾ ਮਿਲੇਗਾ। ਔਰ ਅਸੀਂ ਬੜੇ ਪੁੰਨੇਸ਼ਾਲੀ ਹਾਂ, ਭਾਗਿਆਸ਼ਾਲੀ ਗਏ ਹਾਂ ਜੀ, ਜਿਹੜੇ ਬਾਬਾ ਜੀ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਜੀ, ਸਾਡੇ ਇੱਥੋਂ ਬਾਬਾ ਜੀ ਦਾ ਸ਼ਿੰਗਾਰ ਕੀਤਾ ਜਾ। ਭਗਵਾਨ ਸ਼ੰਕਰ ਜੀ ਦੇ 12 ਜੋਤਿਰਲਿੰਗ ਨੇ ਔਰ 11 ਰੁਦਰ ਅਵਤਾਰ ਹੈ। ਇੱਥੇ ਭਗਵਾਨ ਸ਼ੰਕਰ ਜੀ ਦੇ 12 ਹੀ ਸ਼ਿਵਲਿੰਗ ਜਿਹੜੇ ਗਏ ਵਿਰਾਜਮਾਨ ਹੈਗੇ ਆ, ਉਹਨਾਂ ਨੂੰ ਅਸੀਂ 12 ਜੋਤਿਰਲਿੰਗ ਦੇ ਰੂਪ ਦੇ ਵਿੱਚ ਦੇਖਦੇ ਹਾਂ। ਅੱਜ ਭਗਵਾਨ ਸ਼ੰਕਰ ਦਾ ਜਿਹੜਾ ਸ਼ਿੰਗਾਰ ਕੀਤਾ ਗਿਆ, ਅੱਜ ਸਾਵਣ ਮਾਸ ਦੀ ਸ਼ੁਰੂਆਤ ਹੈ ਔਰ ਕਿਸੇ ਵੀ ਕੰਮ ਦੀ ਸ਼ੁਰੂਆਤ ਜਿਹੜੀ ਹੈਗੀ ਆ ਗਣਪਤੀ ਗਣੇਸ਼ ਜੀ ਤੋਂ ਕੀਤੀ ਜਾਂਦੀ ਹੈ। ਔਰ ਤੁਸੀਂ ਦੇਖਿਆ ਹੋਏਗਾ ਅੱਜ ਗਣਪਤੀ ਗਣੇਸ਼ ਜੀ ਦੇ ਹੀ ਦਰਸ਼ਨ ਭਗਵਾਨ ਸ਼ੰਕਰ ਦੇ ਉੱਤੇ ਸਜਾਏ ਗਏ ਨੇ ਜੀ। ਇਹ ਜਿਹੜੇ ਫੁੱਲ ਨੇ, ਫੁੱਲ ਤਾਂ ਸਾਰੇ ਦਿੱਲੀ ਤੋਂ ਜਾਂ ਵਰਿੰਦਾਵਨ ਤੋਂ ਆਉਂਦੇ ਨੇ ਜੀ। ਔਰ ਇੱਕ ਗੱਲ ਮੈਂ ਹੋਰ ਇੱਥੇ ਦੱਸਣੀ ਚਾਹਾਂਗਾ ਸਾਰੇ ਦਰਸ਼ਕਾਂ ਨੂੰ, ਵੀ ਆਉਣ ਵਾਲੇ ਜਿਹੜੇ ਵੀ 4 ਸੋਮਵਾਰ ਹੋਰ ਹੋਣਗੇ, ਉਹਨਾਂ ਵਿੱਚ ਸਭ ਤੋਂ ਵਿਸ਼ੇਸ਼ ਜਿਹੜਾ ਸੋਮਵਾਰ ਹੋਏਗਾ ਉਹ 12 ਅਗਸਤ ਦਾ ਸੋਮਵਾਰ ਹੋਏਗਾ। ਉਸ ਦਿਨ ਭਗਵਾਨ ਸ਼ੰਕਰ ਜੀ ਦਾ ਫੁੱਲ ਬੰਗਲਾ, ਔਰ ਫੁੱਲ ਬੰਗਲਾ ਜਿਹੜਾ ਪੈਂਦਾ ਸਿਰਫ ਵਰਿੰਦਾਵਨ ਦੇ ਵਿੱਚ, ਭਗਵਾਨ ਕ੍ਰਿਸ਼ਨ ਜੀ ਦਾ ਫੁੱਲ ਬੰਗਲਾ ਪੈਂਦਾ। ਔਰ ਇਸ ਵਾਰ ਅੰਮ੍ਰਿਤਸਰ ਦੇ ਵਿੱਚ ਬਾਬਾ ਵੀਰਬਾਨ ਜੀ ਦੇ ਸ਼ਿਵਾਲੇ ਭਗਵਾਨ ਸ਼ੰਕਰ ਜੀ ਦਾ ਫੁੱਲ ਬੰਗਲਾ ਜਿਹੜਾ ਹੈਗਾ ਉਹ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਬਹੁਤ ਹੀ ਮਨਮੋਹਕ ਫੁੱਲ ਬੰਗਲਾ ਪਏਗਾ ਜੀ। ਔਰ ਉਸ ਤੋਂ ਬਾਅਦ 19 ਤਰੀਕ ਨੂੰ ਮਹਾਰਾਜ ਬਾਬਾ ਬਰਫਾਨੀ ਜੀ ਦੇ ਦਰਸ਼ਨ ਜਿਹੜੇ ਹੋਣਗੇ ਉਹ ਸਭ ਨੂੰ ਦਿੱਤੇ ਜਾਣਗੇ। ਅੱਜ ਸਾਵਣ ਮਾਸ ਦਾ ਜੀ ਪਹਿਲਾ ਸੋਮਵਾਰ ਆ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਸ਼ਿਵਾਲਾ ਵੀਰਬਾਨ 'ਚ ਖੜ੍ਹੇ ਹਾਂ ਜੀ। ਇੱਥੇ ਅੱਜ ਮਨਮੋਹਕ ਭਗਵਾਨ ਸ਼ੰਕਰ ਜੀ ਦਾ ਪੁਸ਼ਪ ਦਾ ਸ਼ਿੰਗਾਰ ਕੀਤਾ ਗਿਆ। ਸ਼ਿੰਗਾਰ ਤਾਂ ਹਰ ਸਾਵਣ 'ਚ ਕੀਤੇ ਜਾਂਦੇ, ਲੇਕਿਨ ਅੱਜ ਜਿਹੜਾ ਸ਼ਿੰਗਾਰ ਹੋਇਆ ਬਹੁਤ ਹੀ ਅਲੌਕਿਕ ਸ਼ਿੰਗਾਰ ਹੋਇਆ। ਤੁਸੀਂ ਦੇਖੋਗੇ ਅੱਜ ਮਹਾਰਾਜ ਗਣਪਤੀ ਜੀ ਦੇ ਦਰਸ਼ਨ ਦਿਖਾਏ ਗਏ ਨੇ ਜੀ ਮੇਨ ਪਿੰਡੀ ਦੇ ਉੱਪਰ। ਅੱਜ ਜਿਹੜਾ ਹੈਗਾ ਜੀ 150 ਕਿਲੋ ਫੁੱਲ ਲੱਗਿਆ ਜੀ ਸਾਰਾ ਟੋਟਲ ਦੇ ਉੱਤੇ, ਜਿਨ੍ਹਾਂ ਦਾ ਸ਼ਿੰਗਾਰ ਕੀਤਾ ਗਿਆ ਜੀ। ਬਿਲਕੁਲ ਜੀ ਬਿਲਕੁਲ, ਅਸੀਂ ਸਾਰਾ ਸਾਲ ਵੇਟ ਕਰਦੇ ਰਹਿੰਦੇ ਜੀ, ਉਡੀਕਦੇ ਰਹਿੰਦੇ ਹਾਂ ਕਦੋਂ ਮਹਾਦੇਵ ਭੋਲੇਨਾਥ ਦਾ ਪ੍ਰਿਯ ਮੰਥ ਸਾਵਣ ਦਾ ਮਹੀਨਾ ਔਰ ਸ਼ਿਵਰਾਤਰੀ ਆਉਣਗੀ ਔਰ ਸਾਨੂੰ ਸ਼ਿੰਗਾਰ ਕਰਨ ਦਾ, ਬਾਬਾ ਜੀ ਨੂੰ ਸਜਾਉਣ ਦਾ ਜਿਹੜਾ ਹੈਗਾ ਉਹ ਮੌਕਾ ਮਿਲੇਗਾ। ਔਰ ਅਸੀਂ ਬੜੇ ਪੁੰਨੇਸ਼ਾਲੀ ਹਾਂ, ਭਾਗਿਆਸ਼ਾਲੀ ਗਏ ਹਾਂ ਜੀ, ਜਿਹੜੇ ਬਾਬਾ ਜੀ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਜੀ, ਸਾਡੇ ਇੱਥੋਂ ਬਾਬਾ ਜੀ ਦਾ ਸ਼ਿੰਗਾਰ ਕੀਤਾ ਜਾ। ਭਗਵਾਨ ਸ਼ੰਕਰ ਜੀ ਦੇ 12 ਜੋਤਿਰਲਿੰਗ ਨੇ ਔਰ 11 ਰੁਦਰ ਅਵਤਾਰ ਹੈ। ਇੱਥੇ ਭਗਵਾਨ ਸ਼ੰਕਰ ਜੀ ਦੇ 12 ਹੀ ਸ਼ਿਵਲਿੰਗ ਜਿਹੜੇ ਗਏ ਵਿਰਾਜਮਾਨ ਹੈਗੇ ਆ, ਉਹਨਾਂ ਨੂੰ ਅਸੀਂ 12 ਜੋਤਿਰਲਿੰਗ ਦੇ ਰੂਪ ਦੇ ਵਿੱਚ ਦੇਖਦੇ ਹਾਂ। ਅੱਜ ਭਗਵਾਨ ਸ਼ੰਕਰ ਦਾ ਜਿਹੜਾ ਸ਼ਿੰਗਾਰ ਕੀਤਾ ਗਿਆ, ਅੱਜ ਸਾਵਣ ਮਾਸ ਦੀ ਸ਼ੁਰੂਆਤ ਹੈ ਔਰ ਕਿਸੇ ਵੀ ਕੰਮ ਦੀ ਸ਼ੁਰੂਆਤ ਜਿਹੜੀ ਹੈਗੀ ਆ
ਗਣਪਤੀ ਗਣੇਸ਼ ਜੀ ਤੋਂ ਕੀਤੀ ਜਾਂਦੀ ਹੈ ਔਰ ਤੁਸੀਂ ਦੇਖਿਆ ਹੋਏਗਾ ਅੱਜ ਗਣਪਤੀ ਗਣੇਸ਼ ਜੀ ਦੇ ਹੀ ਦਰਸ਼ਨ ਭਗਵਾਨ ਸ਼ੰਕਰ ਦੇ ਉੱਤੇ ਸਜਾਏ ਗਏ ਨੇ ਜੀ। ਇਹ ਜਿਹੜੇ ਫੁੱਲ ਨੇ ਫੁੱਲ ਤਾਂ ਸਾਰੇ ਦਿੱਲੀ ਤੋਂ ਜਾਂ ਵਰਿੰਦਾਵਨ ਤੋਂ ਆਉਂਦੇ ਨੇ ਜੀ। ਔਰ ਇੱਕ ਗੱਲ ਮੈਂ ਹੋਰ ਇੱਥੇ ਦੱਸਣੀ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਵੀ ਆਉਣ ਵਾਲੇ ਜਿਹੜੇ ਵੀ ਚਾਰ ਸੋਮਵਾਰ ਹੋਰ ਹੋਣਗੇ ਉਹਨਾਂ ਵਿੱਚ ਸਭ ਤੋਂ ਵਿਸ਼ੇਸ਼ ਜਿਹੜਾ ਸੋਮਵਾਰ ਹੋਏਗਾ ਉਹ 12 ਅਗਸਤ ਦਾ ਸੋਮਵਾਰ ਹੋਏਗਾ। ਉਸ ਦਿਨ ਭਗਵਾਨ ਸ਼ੰਕਰ ਜੀ ਦਾ ਫੁੱਲ ਬੰਗਲਾ ਔਰ ਫੁੱਲ ਬੰਗਲਾ ਜਿਹੜਾ ਪੈਂਦਾ ਸਿਰਫ ਵਰਿੰਦਾਵਨ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਫੁੱਲ ਬੰਗਲਾ ਪੈਂਦਾ ਔਰ ਇਸ ਵਾਰ ਅੰਮ੍ਰਿਤਸਰ ਦੇ ਵਿੱਚ ਬਾਬਾ ਵੀਰਵਾਨ ਜੀ ਦੇ ਸ਼ਿਵਾਲੇ ਭਗਵਾਨ ਸ਼ੰਕਰ ਜੀ ਦਾ ਫੁੱਲ ਬੰਗਲਾ ਜਿਹੜਾ ਹੈਗਾ ਉਸ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਬਹੁਤ ਹੀ ਮਨਮੋਹਕ ਫੁੱਲ ਬੰਗਲਾ ਪਏਗਾ ਜੀ। ਔਰ ਉਸ ਤੋਂ ਬਾਅਦ 19 ਤਰੀਕ ਨੂੰ ਮਹਾਰਾਜ ਬਾਬਾ ਬਰਫਾਨੀ ਜੀ ਦੇ ਦਰਸ਼ਨ ਜਿਹੜੇ ਹੋਣਗੇ ਉਹ ਸਭ ਨੂੰ ਦਿੱਤੇ ਜਾਣਗੇ।